ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੁੰਮ ਦੇ ਦਰਸ਼ੋ ਤੁਹਾਡੇ ਲਈ ਇੱਕ ਹੋਰ ਪ੍ਰੋਗਰਾਮ ਲੈ ਕੇ ਆਏ ਹਾਂ, ਤੇ ਇਹਦੇ ਵਿੱਚ ਵੀ ਆਪਾਂ ਗੱਲਬਾਤ ਉਹੀ ਕਰਾਂਗੇ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਦੇ ਵਿੱਚ ਇੰਗਲੈਂਡ ਤੋਂ ਨਿਰਵੈਰ ਖਾਲਸਾ ਦੇ ਹਰਿੰਦਰ ਸਿੰਘ ਨੇ ਕੀਤੀ ਆ। ਜੋ ਬੋਲ ਕਬੋਲ ਉਹਨਾਂ ਨੇ ਬੋਲੇ ਆ ਤੇ ਉਹਦੇ ਨਾਲ ਪੂਰੀ ਸਿੱਖ ਕੌਮ ਦੇ ਜਿਹੜੇ ਹਿਰਦੇ ਬਲੁੰਦਰ ਗਏ। ਇਹ ਵੱਖ ਵੱਖ ਕਥਾਕਾਰ ਪ੍ਰਚਾਰਕ ਇਹਦੇ ਸੰਬੰਧ ਦੇ ਵਿੱਚ ਆਪੋ ਆਪਣੇ ਵਿਚਾਰ ਦੇਣਾ ਚਾਹੁੰਦੇ ਹਨ, ਤੇ ਅੱਜ ਵੀ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ ਭਾਈ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਸੰਤ ਸਾਰੇ ਚੰਡੀਗੜ੍ਹ ਤੋਂ, ਜੋ ਸੰਤ ਬਾਬਾ ਸਰੂਪ ਸਿੰਘ ਜੀ ਦੇ ਸਪੁੱਤਰ ਹਨ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਹਾਂ ਆਖਦੇ ਉਹਨਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਭਾਈ ਗੁਰਪ੍ਰੀਤ ਕੀ ਫਤਿਹ। ਹਾਂਜੀ ਗੁਰਪ੍ਰੀਤ ਸਿੰਘ ਜੀ, ਜਿੱਦਾਂ ਤੁਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਆ, ਤੁਸੀਂ ਖੁਦ ਵੀ ਪ੍ਰਚਾਰਕ ਆ, ਤੁਹਾਡੇ ਪਿਤਾ ਜੀ ਵੀ ਪ੍ਰਚਾਰਕ ਆ, ਤੇ ਪਰ ਅੱਜ ਕੌਮ ਦੇ ਵਿੱਚ ਪ੍ਰਚਾਰਕ ਹੀ ਦੁਬਿਧਾ ਪਾ ਰਹੇ ਆ, ਕੌਮ ਨੂੰ ਵੰਡੀਆਂ ਚ ਪਾ ਰਹੇ ਆ, ਕੌਮ ਦੇ ਵਿੱਚ ਭਰਾ ਮਾਰੂ ਜੰਗ ਕਰਾਉਣ ਦੇ ਆਸਾਰ ਬਣਾ ਰਹੇ ਆ, ਤੇ ਇਹਦੇ ਸੰਬੰਧ ਦੇ ਵਿੱਚ ਪਿਛਲੇ ਦਿਨੀ ਇਹਦਾ ਸ਼ਿਕਾਰ ਤੁਸੀਂ ਵੀ ਹੋ ਚੁੱਕੇ ਹੋ, ਭਾਵ ਤੁਹਾਡੇ ਪਿਤਾ ਜੀ ਉੱਪਰ ਵੀ ਇਹਨਾਂ ਹੀ ਪ੍ਰਚਾਰਕਾਂ ਨੇ ਮਤਲਬ ਕਈ ਕੁਛ ਬੋਲਿਆ ਜਿਹਦਾ ਤੁਸੀਂ ਜਵਾਬ ਵੀ ਦਿੱਤਾ, ਪਰ ਹੁਣ ਤਾਂ ਹੱਦ ਹੀ ਕਰ ਦਿੱਤੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ। ਉਹਨਾਂ ਦੇ ਜਦੋਂ ਉਹ ਸੱਚਖੰਡ ਪਿਆਨਾ ਕਰਦੇ ਆ, ਉਹ ਚੀਜ਼ ਨੂੰ ਕਿਹੜੇ ਤਰੀਕੇ ਦੇ ਨਾਲ, ਜਿੱਦਾਂ ਇੱਕ ਆਮ ਵਿਅਕਤੀ ਹੁੰਦਾ ਤੇ ਉਹਦੇ ਲਈ ਬੋਲ ਬੋਲ ਬੋਲਣੇ ਮਸੂਰੀ ਤਾਂ ਜਵਾਨ ਵੀ ਨਹੀਂ ਉਹ ਕਹਿਣਾ ਚਾਹੁੰਦੇ ਜੋ ਉਹਨਾਂ ਨੇ ਜਿਹੜੇ ਬੋਲ ਬੋਲੇ ਆ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ। ਆਵਾਜ਼ੇ ਕੌਮ ਟੀਵੀ ਦੁਆਰਾ ਜੋ ਆਪ ਜੀ ਨੇ ਉਪਰਾਲਾ ਕੀਤਾ ਸੰਗਤ ਤੱਕ ਇਹ ਮੈਸੇਜ ਪਹੁੰਚਾਉਣ ਦਾ, ਸਭ ਤੋਂ ਪਹਿਲਾਂ ਤੇ ਆਪ ਜੀ ਦਾ ਧੰਨਵਾਦ ਵੀ ਸੱਚੀਆਂ ਖਬਰਾਂ ਔਰ ਸੱਚੀ ਗੱਲ ਆਪ ਜੀ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਤੱਕ ਪਹੁੰਚਾਉਂਦੇ ਹੋ। ਦੂਸਰੀ ਗੱਲ, ਜਿਹੜਾ ਆਪ ਜੀ ਨੇ ਮੁੱਦਾ ਚੱਕਿਆ ਆ, ਸ਼ਹਿਰ ਦੇ ਬਾਕੀ ਚੈਨਲ ਵਾਲੇ ਜਿਹੜੇ ਉਹਨਾਂ ਨੂੰ ਵੀ ਚੱਕਣਾ ਚਾਹੀਦਾ ਆ, ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ। ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੀ ਹਰਿੰਦਰ ਸਿੰਘ ਯੂਕੇ ਵਾਲੇ ਨੇ, ਨਿਰਵੈਰ ਖਾਲਸੇ ਜਥੇ ਦੇ ਜਿਹੜਾ ਜਥੇਦਾਰ ਹੈ ਹਰਿੰਦਰ ਸਿੰਘ, ਜੋ ਉਹਨੇ ਗੱਲ ਕਹੀ ਆ, ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਇਹ ਗੱਲ ਕਹਿਣਾ ਚਾਹੁੰਦਾ, ਜਦੋਂ ਤੂੰ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ, ਉੱਥੇ ਕੀ ਪੰਗਤੀ ਪੜੀ ਸੀ, ਸਤਿਗੁਰ ਨਾਨਕ ਪ੍ਰਗਟਿਆ। ਆਪ ਵੀ ਤੁਸੀਂ ਇਹ ਪੰਗਤੀਆਂ ਪੜ੍ਹਦੇ ਹੋ, ਇਹਨਾਂ ਦਾ ਦੀਵਾਨ ਲੈ ਲਓ ਭਾਈ ਸਾਹਿਬ ਜੀ, ਜਿਹੜਾ ਹੁਣ ਇਹਨਾਂ ਨੇ ਕੀਤਾ ਆ, ਉਹਦੇ ਵਿੱਚ ਵੀ ਇਹਨਾਂ ਬੋਲਿਆ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਤੋਂ ਜਗ ਚਾਨਣ ਹੋਆ, ਜਿਉਂਕਾ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭਲੋਆ। ਉੱਥੇ ਤੇ ਕਹਿ ਰਹੇ ਨੇ ਵੀ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਉਹਦੀ ਪਾਵਰ ਉਹਦੀ ਸਮਰੱਥਾ ਵੈਸੇ ਆਪਣੇ ਇੱਕ ਜਵਾਨ ਤੋਂ ਦੱਸ ਨਹੀਂ ਸਕਦੇ, ਪਰ ਭਾਈ ਗੁਰਦਾਸ ਜੀਆਂ ਨੇ ਜਿਹੜੀ ਇਹ ਗੱਲ ਕਹੀ ਆ, ਇਹ ਗੱਲ ਇਹ ਆਪਣੇ ਕੀਰਤਨ ਵਿੱਚ ਸੁਣਾਉਂਦੇ ਨੇ। ਪਹਿਲੀ ਗੱਲ ਤੇ ਇਹ ਆ, ਤੁਸੀਂ ਉਹ ਗੱਲ ਸੰਗਤਾਂ ਨੂੰ ਦੁਬਿਧਾ ਤੇ ਪਹਿਲੀ ਪਾ ਦਿੱਤੀ, ਆਪ ਤੁਸੀਂ ਕਹਿੰਦੇ ਹੋ ਵੀ ਪ੍ਰਗਟਿਆ, ਤੇ ਹੈ ਵੀ ਇਹ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋ, ਉਹਦੀ ਪਾਵਰ ਕਿੰਨੀ ਹੈ ਵੀ ਉਹਦੇ ਆਉਣ ਨਾਲ ਸਾਰੇ ਪਾਸੇ ਚਾਨਣ ਹੀ ਚਾਨਣ ਹੋ ਗਿਆ, ਜਿਹਦੇ ਆਉਣ ਦੇ ਨਾਲ ਹਰ ਪਾਸੇ ਚਾਨਣ ਹੋ ਗਿਆ। ਹਿੰਦੁਸਤਾਨ ਪਾਕਿਸਤਾਨ ਦੋਨੋਂ ਐਟਮਿਕ ਕੰਟਰੀਆਂ ਹੈਗੀਆਂ, ਜਿਨ੍ਹਾਂ ਨੂੰ ਕੋਈ ਇੱਕ ਨਹੀਂ ਕਰ ਸਕਦਾ, ਪਰ ਐਸੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਲੈ ਕੇ ਆਏ ਵੀ ਦੋ ਕੰਟਰੀਆਂ ਨੂੰ ਇੱਕ ਕਰ ਦਿੱਤਾ, ਲਾਂਘੇ ਖੋਲ ਦਿੱਤੇ, ਤੇ ਅੱਜ ਉਹ ਚੀਜ਼ ਸਾਰਾ ਸੰਸਾਰ ਸਾਰਾ ਜਗਤ ਸਿਫਤਾਂ ਕਰ ਹੀ ਰਿਹਾ ਸੀ। ਮੈਂ ਬੈਲਜੀਅਮ ਆਇਆ, ਅੱਜ ਵੀ ਇੱਥੇ ਗੁਰਦੁਆਰਾ ਸਾਹਿਬ ਦੀਵਾਨ ਆ, ਮੈਨੂੰ ਮੁਸਲਿਮ ਮਿਲੇ ਨੇ, ਉਹ ਵੀ ਕਹਿੰਦੇ ਨੇ ਵੀ ਗੁਰੂ ਨਾਨਕ ਵਰਗਾ ਕੋਈ ਨਾ ਹੋਇਆ ਤੇ ਨਾ ਹੋ ਸਕਦਾ। ਪਰ ਅੱਜ ਜਿੱਥੇ ਸਾਰੇ ਧਰਮ ਸਾਡੇ ਗੁਣ ਗਾ ਰਹੇ ਨੇ, ਇਹੋ ਜਿਹੜੇ ਕੁਛ ਭੈਠੀਏ ਨੇ ਜਿਹੜੇ ਕੌਮ ਵਿੱਚ ਆ ਕੇ ਕੌਮ ਨੂੰ ਦੁਬਿਧਾ ਵਿੱਚ ਪਾ ਕੇ, ਇਹਨਾਂ ਦਾ ਮਕਸਦ ਕੀ ਹੈ,
ਵੀ ਸਾਡੀ ਜਿਹੜੀ ਸ਼ਰਧਾ ਆ ਗੁਰੂ ਨਾਨਕ ਸਾਹਿਬ ਤੋਂ ਤੋੜ ਦਈਏ ਵੀ ਉਹ ਇੱਕ ਆਮ ਵਿਅਕਤੀ ਸੀ, ਕਿਉਂਕਿ ਜਿਹੜਾ ਢੱਡਰੀਆਂ ਵਾਲਾ ਰਣਜੀਤ ਸਿੰਘ ਢੱਡਰੀਆਂ ਵਾਲਾ ਆ, ਉਹ ਤੇ ਆਪਣੇ ਕੀਰਤਨ ਹਾਂ ਵਿੱਚ ਇਹ ਗੱਲ ਕਹਿੰਦਾ ਹੀ ਆ, ਉਹ ਕਹਿੰਦਾ ਆ ਵੀ ਗੁਰੂ ਨਾਨਕ ਸਾਹਿਬ ਸਾਡੇ ਵਰਗੇ ਸੀ, ਉਹ ਅੱਛਾ ਆਮ ਵਿਅਕਤੀ ਸੀ। ਤੇ ਜਿਹਦੀ ਗੱਲ ਹਰਿੰਦਰ ਸਿੰਘ ਨੇ ਕੀਤੀ ਹੈ, ਤੇ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਆਪ ਜੀ ਦੇ ਚੈਨਲ ਦੁਆਰਾ, ਜੇ ਕਿਤੇ ਪਹੁੰਚ ਜਾਵੇ ਮੈਸੇਜ ਕਿ ਅੱਜ ਵੇਈ ਨਦੀ ਉੱਥੇ ਬਣੀ ਹੋਈ ਹੈ, ਜਿਨ੍ਹਾਂ ਨੂੰ ਤੂੰ ਕਿਹਾ ਨਾ ਕਿਡਨੈਪ ਕਰ ਲਿਆ ਤੇ ਉਹਨਾਂ ਨੂੰ ਮਾਰ ਦਿੱਤਾ, ਗੁਰੂ ਨਾਨਕ ਸਾਹਿਬ ਜੀ ਤੇ ਵੇਈ ਨਦੀ ਚ ਚੁੱਭੀ ਮਾਰੀ ਤੇ ਤੀਜੇ ਦਿਨ ਪ੍ਰਗਟ ਹੋ ਗਏ, ਤੇਰੇ ਹਾਂ ਵਰਗਾ 2 ਘੰਟੇ ਉਸ ਪਾਣੀ ਚ ਨਹੀਂ ਰਹਿ ਸਕਦਾ, ਜੇ 2 ਘੰਟੇ ਉੱਥੇ ਰਹਿ ਜੇ ਤਾਂ ਸ਼ਾਇਦ ਸਰੀਰ ਹੀ ਬਾਹਰ ਆ ਜਾਵੇ, ਪਰ ਗੁਰੂ ਨਾਨਕ ਸਾਹਿਬ ਐਸੀ ਅਸੀਮ ਸ਼ਕਤੀ ਸੀ, ਪਹਿਲੇ ਦਿਨ ਵੇਈ ਨਦੀ ਚ ਜਾਂਦੇ ਤੀਸਰੇ ਦਿਨ ਪ੍ਰਗਟ ਹੋਏ ਆ, ਤੇ ਸਾਰੇ ਸੰਸਾਰ ਨੂੰ ਕਹਿਣਾ ਪੈ ਗਿਆ ਵੀ ਗੁਰੂ ਨਾਨਕ ਆਮ ਨਹੀਂ ਆ, ਗੁਰੂ ਨਾਨਕ ਸਾਹਿਬ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰੇ। ਗੁਰਪ੍ਰੀਤ ਸਿੰਘ ਜੀ, ਇੱਥੇ ਜਿਹੜੇ ਲੋਕ ਇੰਨੀਆਂ ਗੱਲਾਂ ਕਰਦੇ ਆ, ਉਹ ਤਾਂ ਜਿਹੜੇ ਰੀਠੇ ਮਿੱਠੇ ਕੀਤੇ ਉਹਨਾਂ ਦੀ ਕਹਾਣੀ ਕਰਦੇ ਆ। ਪੰਜਾ ਸਾਹਿਬ ਜਿਹੜਾ ਉੱਥੇ ਗੁਰਦੁਆਰਾ ਬਣਿਆ ਹੋਇਆ, ਗੁਰੂ ਨਾਨਕ ਦੇਵ ਮਹਾਰਾਜ ਦਾ ਪੰਜਾ ਲੱਗਾ ਹੋਇਆ, ਉਹਨੂੰ ਵੀ ਕਹਾਣੀ ਦੱਸਦੇ ਆ। ਤੇ ਜਿਹੜੀ ਗੱਲ ਤੁਸੀਂ ਬੇਈ ਨਦੀ ਦੀ ਕੀਤੀ ਆ, ਇਹਨੂੰ ਵੀ ਇਹਨਾਂ ਨੇ ਇਹੀ ਕਹਿਣਾ ਵੀ ਇਹ ਵੀ ਇੱਕ ਕਹਾਣੀ ਬਣਾਈ ਹੋਈ ਆ ਲੋਕਾਂ ਵੱਲੋਂ। ਆਪ ਜੀ ਦੀ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ, ਕਿਉਂਕਿ ਇਹ ਆਉਣਾ ਇਹਨਾਂ ਨੇ ਉੱਥੇ ਹੀ ਹੈ, ਸਾਰੇ ਇਤਿਹਾਸਿਕ ਸਥਾਨਾਂ ਤੇ ਆਉਣਾ ਆ। ਜਿੱਦਾਂ ਕਿ ਢੱਡਰੀਆਂ ਵਾਲੇ ਨੇ ਪਹਿਲੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਇੱਕ ਚਰੀਆ ਆ, ਕਹਿੰਦਾ ਗਿਆਨ ਗੁਰੂ ਆ, ਤੇ ਜਦੋਂ ਉਹਨੂੰ ਪੁੱਛਿਆ ਵੀ ਮੋਬਾਈਲ ਚ ਗਿਆਨ ਮਿਲਦਾ ਆ, 4 ਲਾਵਾਂ ਦਾ ਪਾਠ ਇਹਦੇ ਵਿੱਚ ਵੀ ਹੈਗਾ, ਤੇ ਆਪਾਂ ਮੋਬਾਈਲ ਵਿੱਚ ਰੱਖ ਦੀ ਲਾਵਾਂ ਲੈ ਲਈਏ, ਫਿਰ ਉਹ ਨਿਰਉੱਤਰ ਹੋ ਗਿਆ, ਉਹਦੇ ਕੋਲ ਜਵਾਬ ਨਹੀਂ ਹੈ। ਇਹ ਲੋਕਾਂ ਨੂੰ ਮਤ ਦਿੰਦੇ ਵੀ ਅੱਖ 'ਚ ਅੱਖ ਪਾ ਕੇ ਗੱਲ ਕਰੋ, ਪਰ ਜਿਹੜੀ ਹੁਣੇ ਇਹਨੇ ਗੱਲ ਕੀਤੀ ਹੈ ਹਰਿੰਦਰ ਸਿੰਘ ਨੇ, ਇਹ ਬੈਠੇ ਇਹ ਕਹਿੰਦੇ ਵੀ ਅਸੀਂ ਲੋਕਾਂ ਨੂੰ ਦਿਮਾਗ ਉਹਨਾਂ ਦੇ ਖੋਲਦੇ ਪਏ ਹਾਂ, ਉਹਨਾਂ ਨੂੰ ਗਿਆਨ ਦੇ ਰਹੇ ਹਾਂ, ਤੇ ਅਸੀਂ ਮਤਲਬ ਲੋਕਾਂ ਨੂੰ ਸਵਾਲ ਕਰਨਾ ਸਿਖਾ ਰਹੇ ਹਾਂ, ਜਵਾਬ ਲੈਣਾ ਸਿਖਾ ਰਹੇ ਹਾਂ, ਹੁਣ ਤੂੰ ਬੈਠ ਵਿੱਚ, ਜੇ ਤੇਰੀ ਗੱਲ ਸਹੀ ਆ, ਅਸੀਂ ਬਿਲਕੁਲ ਮਰਿਆਦਾ ਦੇ ਨਾਲ ਬੈਠ ਕੇ ਮੈਂ ਤੁਹਾਡੇ ਚੈਨਲ ਰਾਹੀਂ ਉਹਨੂੰ ਚੈਲੰਜ ਕਰਨਾ ਚਾਹੁੰਦਾ ਆ ਵੀ ਜਿੱਥੇ ਵੀ ਤੂੰ ਕਹੇਗਾ ਆਪਾਂ ਸਪੈਸ਼ਲ ਆਪਣੀ ਟਿਕਟ ਖਰਚ ਕੇ ਆਵਾਂਗੇ, ਜਿੱਥੇ ਵੀ ਤੂੰ ਕਹੇਗਾ ਸਾਡੀ ਚੈਕਿੰਗ ਕਰ ਲਈ, ਜਿਹੜੀ ਗੱਲ ਤੂੰ ਕਹੀ ਆ ਤੂੰ ਇਸ ਮੁੱਦੇ ਤੇ ਆ ਕੇ ਸਾਡੇ ਨਾਲ ਜਿੱਥੇ ਮਰਜ਼ੀ ਵਿਚਾਰ ਕਰ ਲੈ, ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ, ਆਪ ਨਰਾਇਣ, ਆਪ ਰੱਬ, ਆਪ ਖੁਦਾ, ਆਪ ਪਰਮੇਸ਼ਰ ਹੈ, ਤੇ ਉਹ ਅੱਜ ਸਾਰਾ ਸੰਸਾਰ ਉਹਨਾਂ ਨੂੰ ਸਿਜਦਾ ਕਰ ਰਿਹਾ ਤੇ ਰਹਿੰਦੀ ਦੁਨੀਆਂ ਤੱਕ ਕਰਦਾ ਰਹੇਗਾ, ਤੇਰੇ ਵਰਗੇ ਲੱਖਾਂ ਆਏ ਜਿਹੜੇ ਉਸ ਵੇਲੇ ਵੀ ਕਹਿੰਦੇ ਸੀ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਇਹ ਉਹਨਾਂ ਦੇ ਵਿੱਚੋਂ ਨੇ ਹਰਿੰਦਰ ਸਿੰਘ ਵਰਗੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਭੂਤ ਨਾ ਬੇਤਾਲਾ ਵੀ ਕਿਹਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਹਾਂਜੀ ਜਿਨ੍ਹਾਂ ਨੇ ਹਾਂਜੀ ਕਿਹਾ ਵੀ ਇਹ ਆਮ ਆਦਮੀ ਹੈ, ਇਹ ਤੇ ਵਿਚਾਰੇ ਤੁਰੇ ਫਿਰਦੇ ਆ, ਅੱਜ ਇਹ ਇੰਨੀ ਗੱਲ ਕਹਿ ਦਿੱਤੀ ਵੀ ਗੁਰੂ ਨਾਨਕ ਸਾਹਿਬ ਜੀ ਵੇਈ ਨਦੀ, ਗੁਰੂ ਨਾਨਕ ਸਾਹਿਬ ਜੀ ਜਿਹੜੇ ਉਹਨੇ ਕਿਡਨੈਪ ਕਰ ਲਿਆ ਉਹਨਾਂ ਨੂੰ ਮਾਰ ਦਿੱਤਾ, ਕੱਲ ਨੂੰ ਇਹ ਵੀ ਕਹਿਣਗੇ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਆਮ ਆਦਮੀ ਜਿੱਦਾਂ ਵਿਚਾਰੇ ਸੀ, ਹੁਣ ਇਹੀ ਸ਼ੋਅ ਕਰਨਾ ਚਾਹੁੰਦੇ ਨਾ ਵੀ ਇੱਕ ਵਿਚਾਰੇ ਸੀ, ਇਹ ਚਾਲ ਜਿਹੜੀ ਹੈ ਇਹ ਪੰਥ ਨੂੰ ਸਮਝਣੀ ਪੈਣੀ, ਤੇ ਮੈਂ ਸੋਚਦਾ ਆ ਵੀ ਸ਼ਾਇਦ ਬਹੁਤ ਨੌਜਵਾਨ, ਮੈਂ ਆਪ ਜੀ ਦੇ ਚੈਨਲ ਦੁਆਰਾ ਦੱਸਣਾ ਚਾਹੁੰਦਾ ਵੀ ਬਹੁਤ ਨੌਜਵਾਨਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਆ ਇਟਲੀ ਦੇ ਵਿੱਚ, ਤੇ ਅੱਜ ਬੈਲਜੀਅਮ ਆਇਆ, ਮੇਰੀ ਰੂਹ ਖੁਸ਼ ਹੋ ਗਈ ਆ। ਨੌਜਵਾਨ ਇੱਕ ਵਾਰੀ ਇਹ ਗੱਲ ਮੈਨੂੰ ਕਹਿੰਦੇ ਜੇ ਤੁਹਾਨੂੰ ਵੀਡੀਓ ਚਾਹੀਦੀ ਹੋਈ ਮੈਂ ਤੁਹਾਨੂੰ ਵੀ ਭੇਜ ਦਿਆਂਗਾ, ਉਹ ਕਹਿੰਦੇ ਇੱਕ ਵਾਰੀ ਇੱਧਰ ਨੂੰ ਮੂੰਹ ਕਰਨ ਤੇ ਸਹੀ, ਸੰਗਤਾਂ ਨੇ ਆਪਣੇ ਡੰਡੇ ਤਿਆਰ ਰੱਖੇ ਹੋਏ ਨੇ ਇਹਨਾਂ ਨੂੰ ਦੱਸਣ ਵਾਸਤੇ ਵੀ ਗੁਰੂ ਨਾਨਕ ਸਾਹਿਬ ਕਿਡਨੈਪ ਹੋਏ ਵੀ ਕੀ ਹੋਇਆ ਸੀ। ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਬਿਆਨ ਲਾਇਆ ਵੀ ਆਪਣੇ ਨਿੱਜੀ ਟੀਵੀ, ਆਪਣੇ ਸੋਸ਼ਲ ਮੀਡੀਆ ਤੇ ਯੂਟਿਊਬ ਜਾਂ ਫੇਸਬੁੱਕ ਇਦਾਂ ਦੇ ਚੈਨਲ ਬਣਾ ਕੇ ਉਹਨਾਂ ਦੀ ਪ੍ਰਮੋਸ਼ਨ ਜਾਂ
ਟੀਆਰਪੀ ਵਧਾਉਣ ਵਾਸਤੇ ਇਹੋ ਜਿਹੀਆਂ ਗੱਲਾਂ ਕਰਦੇ ਆ ਤੇ ਇਹ ਤਾਂਹੀਓ ਵਿਵਾਦਿਤ ਮਸਲੇ ਵਿਵਾਦਿਤ ਗੱਲਾਂ ਕਰਦੇ ਆ। ਉਹਨਾਂ ਨੇ ਤਾਲਣਾ ਕੀਤੀ ਆ ਜਥੇਦਾਰ ਸਾਹਿਬ ਨੇ ਕਿ ਇਹ ਬੰਦ ਕਰੋ, ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹੋ ਜਿਹੇ ਲੋਕਾਂ ਨੂੰ ਮੌਕੇ ਤੇ ਪੁੱਛਿਆ ਕਰੋ। ਪਰ ਇਹ ਗੱਲ ਕੀ ਕਰਦੇ ਆ, ਜਿਹੜੀ ਆਹ ਗੱਲ ਵੀ ਕੀਤੀ ਆ ਗੁਰੂ ਨਾਨਕ ਦੇਵ ਜੀ ਬਾਰੇ, ਇਹਨਾਂ ਨੇ ਗੱਲ ਪਹਿਲਾਂ ਘੁਮਾ ਕੇ ਲਿਆਂਦੀ। ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਨਦੀ ਤੇ ਜਾਂਦੇ ਆ ਜਿੱਥੇ ਬ੍ਰਾਹਮਣ ਆਪਣੇ ਪਿੱਤਰਾਂ ਨੂੰ ਮਤਲਬ ਪਾਣੀ ਦੇ ਰਹੇ ਹੁੰਦੇ ਆ, ਤੇ ਉਸ ਵੇਲੇ ਪਹਿਲਾਂ ਏਦਾਂ ਘੁਮਾਉਂਦੇ ਆ, ਲੋਕਾਂ ਦਾ ਦਿਮਾਗ ਘੁਮਾ ਦਿੰਦੇ ਆ, ਤੇ ਮੁੜ ਕੇ ਨਾਲ ਉਦਾਂ ਦੀ ਗੱਲ ਕਰ ਦੇਣੀ ਆ ਜਿਹਦੇ ਉਹਨਾਂ ਨੂੰ ਲੋਕਾਂ ਨੂੰ ਆਮ ਸੰਗਤਾਂ ਨੂੰ ਪਤਾ ਨਹੀਂ ਲੱਗਦਾ। ਜਦੋਂ ਉਹਨਾਂ ਨੂੰ ਮੀਡੀਆ ਤੇ ਜਾਂ ਤੁਹਾਡੇ ਵਰਗੇ ਪ੍ਰਚਾਰਕ ਸਮਝਾਉਂਦੇ ਆ, ਫੇਰ ਸਮਝ ਲੱਗਦੀ ਆ, ਫੇਰ ਉਹ ਕਹਿੰਦੇ ਆ ਯਾਰ ਇਹ ਸਾਡੇ ਤੋਂ ਤਾਂ ਗਲਤੀ ਹੋ ਗਈ ਆ। ਇਹੋ ਜਿਹਾ ਪ੍ਰਚਾਰਕ ਮਤਲਬ ਜਿਹੜਾ ਪ੍ਰਚਾਰਕ ਕਿਹੋ ਜਿਹਾ ਹੋਣਾ ਚਾਹੀਦਾ ਕੌਮ ਦਾ, ਜਿਹੜਾ ਕੌਮ ਨੂੰ ਸੇਧ ਦੇ ਸਕੇ, ਇਹਦੇ ਬਾਰੇ ਵੀ ਥੋੜਾ ਖੁੱਲ ਕੇ ਦੱਸੋ। ਹਾਂਜੀ, ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਇਹ ਜਿਹੜੀ ਪਹਿਲੀ ਗੱਲ ਤੇ ਜਥੇਦਾਰ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਜੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਕੌਮ ਨੂੰ ਅੱਜ ਉਹਨਾਂ ਦੇ ਨਾਲ ਸਟੈਂਡ ਲੈਣ ਦੀ ਲੋੜ ਹੈ। ਤੇ ਮੈਂ ਤੁਹਾਡੇ ਚੈਨਲ ਰਾਹੀਂ ਦੱਸਦਾ ਵੀ ਸੰਤ ਬਾਬਾ ਸਰੂਪ ਸਿੰਘ ਜੀ ਦਾਸ ਜਥੇਬੰਦੀ ਸਾਰੀ ਸਾਡੀ ਉਹਨਾਂ ਦੇ ਨਾਲ ਖਲੋਤੀ ਆ, ਜਿੱਦਾਂ ਦੇ ਉਹ ਕਾਰਜ ਕਰ ਰਹੇ ਨੇ ਹੋਰ ਨਿਧੜਕ ਹੋ ਕੇ ਕਰ ਰਹੇ ਨੇ। ਕਿਉਂਕਿ ਜਦੋਂ ਤੇ ਕੋਈ ਫੈਸਲਾ ਲੈਣ ਦੀ, ਜੇ ਤੇ ਕੋਈ ਫੈਸਲਾ ਨਾ ਲਵੇ ਫਿਰ ਅਸੀਂ ਕਹਿੰਦੇ ਸਰਕਾਰੀ ਹੈ ਜੀ ਏਦਾਂ। ਤੇ ਜੇ ਅੱਜ ਉਹ ਖੁੱਲ ਕੇ ਬੋਲ ਰਹੇ ਨੇ, ਪੰਥ ਦੇ ਹਿੱਤਾਂ ਚ ਬੋਲ ਰਹੇ ਨੇ, ਤੇ ਸਾਰੀ ਸੰਪਰਦਾਵਾਂ ਦੇ ਚਰਨਾਂ ਚ ਬੇਨਤੀ ਆ, ਮੁਖੀਆਂ ਦੇ ਚਰਨਾਂ ਚ ਬੇਨਤੀ ਆ ਵੀ ਉਹਨਾਂ ਦਾ ਸਾਥ ਦੇਣ, ਤੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਕੌਮ ਜਿਹੜੀ ਉਹਨਾਂ ਦੇ ਨਾਲ ਹੈ, ਤੇ ਇਹਨਾਂ ਵੈਰੀਆਂ ਨੂੰ ਵੀ ਪਤਾ ਲੱਗੇ ਵੀ ਕੌਮ ਦਾ ਇੱਕ ਆਗੂ ਹੈ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ, ਜਿਹਨਾਂ ਦੀ ਸਰਮੌਰ ਸ਼ਖਸੀਅਤ ਹੈ, ਜਿਹਨੂੰ ਕਿ ਇਹ ਲੋਕ ਢਾਹ ਲਾ ਰਹੇ ਆ ਇਹ ਗੱਲ ਕਹਿ ਕਹਿ ਕੇ ਵੀ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਹਾਂ, ਅਸੀਂ ਜਥੇਦਾਰ ਨੂੰ ਨਹੀਂ ਮੰਨਦੇ। ਕਹਿੰਦੇ ਜਥੇਦਾਰ ਸਰਕਾਰੀ ਹੈ, ਦੂਸਰੀ ਬੇਨਤੀ ਹੈ ਵੀ ਜਿਹੜੀ ਇਹਨਾਂ ਨੇ ਜਥੇਦਾਰ ਸਾਹਿਬ ਜੀ ਨੂੰ ਹੁਣ ਜਿਹੜਾ ਸਟੈਂਡ ਲਿਆ ਉਹਨਾਂ ਨੇ, ਇਹ ਉਹਨਾਂ ਦੇ ਖਿਲਾਫ ਆਪਣੇ ਯੂਟਿਊਬ ਚੈਨਲਾਂ ਤੇ ਪੂਰਾ ਪ੍ਰਚਾਰ ਕਰਨਗੇ। ਨੌਜਵਾਨਾਂ ਨੂੰ ਬੇਨਤੀ ਹੈ, ਖਾਸ ਕਰਕੇ ਜਿਹੜੇ ਵੀਡੀਓ ਦੇਖ ਰਹੇ ਆ, ਵੀ ਜਥੇਦਾਰ ਸਾਹਿਬ ਜੀ ਦਾ ਪੂਰਾ ਸਟੈਂਡ ਲਓ। ਜੇ ਅੱਜ ਤੁਸੀਂ ਉਹਨਾਂ ਦਾ ਸਟੈਂਡ ਲਓਗੇ, ਕੱਲ ਨੂੰ ਤੁਹਾਡੇ ਹਰ ਮੁੱਦੇ ਤੇ ਖੜਨਗੇ। ਜੇ ਤੁਸੀਂ ਅੱਜ ਉਹਨਾਂ ਦਾ ਸਟੈਂਡ ਨਹੀਂ ਲਾਓਗੇ ਤੇ ਉਹਨਾਂ ਨੇ ਤੁਹਾਡੇ ਫਿਰ ਮੁੱਦਿਆਂ ਤੇ ਜੇ ਨਾ ਖੜਨ, ਫਿਰ ਤੁਸੀਂ ਕਹਿਣਾ ਸਰਕਾਰੀ ਹੈ ਤੇ ਏਦਾਂ। ਦੂਸਰੀ ਗੱਲ ਯੂਟਿਊਬ ਦੀ ਆ, ਜਿਹੜਾ ਇੱਕ ਤੁਸੀਂ ਯੂਟਿਊਬ ਦੀ ਗੱਲ ਕੀਤੀ ਆ, ਮੈਂ ਖੁਦ BCA ਕੀਤੀ ਆ, ਮੈਂ ਟੈਕਨੋਲੋਜੀ ਦੇ ਵਿੱਚ ਇਸ ਕੰਮ ਦੇ ਵਿੱਚ ਰਿਹਾ, ਐਕਸਪਰਟ ਵੀ ਰਿਹਾ ਸੋਸ਼ਲ ਦੇ ਵਿੱਚ, ਤੇ ਇਹ ਮੈਂ ਜਾਣਦਾ ਆ ਵੀ ਪਰ ਵਿਊ ਦੇ ਇਹਨਾਂ ਨੂੰ ਪੈਸੇ ਮਿਲਦੇ ਆ, ਮਤਲਬ ਮਾਇਆ ਮਿਲਦੀ ਪੈਸੇ, ਜਿੱਦਾਂ ਆਪਾਂ ਚਲੋ ਤੁਹਾਡੀ ਕੰਟਰੀ ਚ ਆਪਾਂ ਪਾਊਂਡ ਕਹਿ ਦਈਦੇ ਆ ਨਾ, ਤੇ ਇਹਨਾਂ ਦੇ ਜਿੰਨੇ ਸਬਸਕ੍ਰਾਈਬਰ ਹੋਣਗੇ, ਜਿੰਨੀ ਇਹ ਨੈਗੇਟਿਵ ਗੱਲ ਕਰਨਗੇ ਉਨੇ ਇਹਨਾਂ ਨੂੰ ਪੈਸੇ ਆਉਣਗੇ। ਆਫਟਰ ਆਲ ਕੋਈ ਵੀ ਕੰਮ ਹੈ ਚੱਲਣਾ ਤੇ ਪੈਸੇ ਦੇ ਨਾਲ ਹੀ ਆ, ਤੇ ਇਹਨਾਂ ਨੇ ਆਪਣੇ ਪੈਸੇ ਦਾ ਜ਼ਰੀਆ ਇਹ ਬਣਾਇਆ ਵੀ ਆਪਾਂ ਕੋਈ ਐਸੀ ਗਲਤ ਗੱਲ ਕਰ ਦਈਏ, ਤੇ ਸਾਡੀ ਵੀ ਕੌਮ ਦੇ ਵਿੱਚ ਇੱਕ ਐਸੀ ਆਦਤ ਹੈ ਵੀ ਜਿਹੜੀ ਹੁਣ ਏਦਾਂ ਦੀ ਗੱਲ ਕਰ ਦਿੱਤੀ ਆ, ਤੇ ਕਈ ਤੇ ਚਲੋ ਦੁੱਖ ਦੇ ਮਾਰੇ ਸ਼ੇਅਰ ਕਰਦੇ ਵੀ ਨੇ, ਮਾੜੀ ਕੀਤੀ ਹੈ, ਤੇ ਕਈ ਉਦੋਂ ਸਵਾਦ ਲੈਣ ਲਈ ਵੀ ਨਾ ਉਹਨਾਂ ਨੇ ਕੁਛ ਕਰਨਾ ਤੇ ਨਾ ਦੂਜੇ ਨੂੰ ਕਰਨ ਦੇਣਾ, ਸਾਡੀ ਬਦਨਾਮੀ ਹੋਵੇ। ਠੀਕ, ਸਹੀ ਗੱਲ। ਤੀਸਰੀ ਬੇਨਤੀ ਹੈ ਪ੍ਰਚਾਰਕਾਂ ਦੀ,
ਅੱਜ ਕੌਮ ਨੂੰ ਹਾਂ ਇਹ ਜੀ ਜਰੂਰ ਦੇਖਣਾ ਚਾਹੀਦਾ, ਜੇ ਕੱਪੜਾ ਲੈਣ ਜਾਓ ਤਾਂ ਤੁਸੀਂ ਮਾਰਕੀਟ 'ਚ ਮਲ ਮਲ ਕੇ ਦੇਖਦੇ ਹੋ ਵੀ ਕੱਪੜਾ ਜਿਹੜਾ ਕਾਰਡ ਕੱਢੇਗਾ ਕਿ ਨਹੀਂ। ਕੋਈ ਚੀਜ਼ ਲੈਣ ਜਾਂਦੇ ਹੋ ਤੁਸੀਂ ਮਾਰਕਾ ਦੇਖਦੇ ਹੋ ਉਹਦੇ ਉੱਤੇ, ਉਹਦੀ ਕੰਪਨੀ ਦੇਖਦੇ ਹੋ ਵੀ ਇਹ ਕੰਪਨੀ ਦੀ ਚੀਜ਼ ਆ, ਵੀ ਇਹ ਚੱਲੂਗੀ ਕਿ ਨਹੀਂ ਚੱਲੂਗੀ। ਇਹੋ ਜਿਹੇ ਪ੍ਰਚਾਰਕਾਂ ਨੂੰ ਸੁਣਨ ਤੋਂ ਪਹਿਲਾਂ ਸੋਚ ਲਿਆ ਕਰੋ, ਦੇਖ ਲਿਆ ਕਰੋ ਗੁਰੂ ਪਿਆਰਿਓ, ਵੀ ਇਹਨਾਂ ਨੇ ਕਿਸੇ ਟਕਸਾਲ ਤੋਂ ਮਾਰ ਖਾਧੀ ਕਿ ਨਹੀਂ ਖਾਧੀ, ਕਿਸੇ ਤੋਂ ਵਿਦਿਆ ਲਈ ਕਿ ਨਹੀਂ ਲਈ, ਕਿ ਆਪੇ ਹੀ ਬਸ ਕੰਨਾ ਮੰਨਾ ਗੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਆਪਣੇ ਆਪ ਹੀ ਚੱਲੇ ਹੋਏ ਨੇ। ਕਿਸੇ ਵਿਦਵਾਨ ਤੋਂ ਮਾਰ ਖਾਧੀ ਹੈ, ਕਿਸੇ ਟਕਸਾਲ ਤੋਂ ਸੰਥਿਆ ਲਈ ਆ, ਦੇਖ ਲਿਆ ਕਰੋ। ਕੱਪੜਾ ਲੈਣ ਲੱਗਿਆ ਵੀ ਤੁਸੀਂ ਮਲ ਮਲ ਕੇ ਦੇਖਦੇ ਹੋ। ਹੁਣ ਮੈਂ ਬੇਨਤੀ ਇਹ ਕਰਾਂਗਾ, ਮੈਂ ਇਹਦੇ ਫੋਲੋਅਰ ਜਿਹੜੇ ਹੈਗੇ ਜਿਹੜੇ ਸੁਣਦੇ ਆ ਉਹਨਾਂ ਬਾਬਤ ਨੂੰ ਆਪ ਹਾਂ ਜੀ ਨੂੰ ਇੱਕ ਬੇਨਤੀ ਕਰਾਂਗਾ। ਸ਼ਾਇਦ ਮੈਨੂੰ ਲੱਗਦਾ ਵੀ ਤੁਹਾਨੂੰ ਪਤਾ ਹੋਣਾ, ਤੁਸੀਂ ਬਹੁਤ ਸੂਝਵਾਨ ਹੋ, ਫਿਰ ਵੀ ਮੈਂ ਬੇਨਤੀ ਕਰਾਂ, ਜਿਹੜੇ ਨਾਲ ਇਹਨਾਂ ਦੇ ਲੱਗੇ ਆ ਉਹ ਏਸੀ ਪੋਜੀਸ਼ਨ 'ਚ ਫਸ ਚੁੱਕੇ ਆ ਵੀ ਉਹ ਸੋਚਦੇ ਵੀ ਅਸੀਂ ਪੈਰ ਪਿੱਛੇ ਨੂੰ ਕਰੀਏ ਕਿ ਅੱਗੇ ਨੂੰ ਕਰੀਏ। ਠੀਕ ਹੈ ਉਹ ਲੋਕ ਹੁਣ ਸੰਗਤ ਦਾ ਦੇਖੋ ਜੀ ਕੋਰਾ ਕਾਗਜ਼ ਹੈ, ਤੁਸੀਂ ਸੰਗਤ ਨੂੰ ਹਾਂ ਉੱਥੇ ਜੋ ਸੁਣਾਉਣਾ ਉਹਨਾਂ ਨੂੰ ਕੰਮਾਂ ਕਾਰਾਂ ਤੋਂ ਵੇਲ ਇਹਨਾਂ ਕੰਟਰੀਆਂ ਦੇ ਵਿੱਚ 8-8 10-10 ਘੰਟੇ ਕੰਮ ਕਰਕੇ ਸੈਟਰਡੇ ਸੰਡੇ ਨੂੰ ਕੋਈ ਕੀਰਤਨ ਸੁਣਨ ਆਉਂਦਾ ਤੇ ਜਿਹੜਾ ਪ੍ਰਚਾਰਕ ਸੁਣਨ ਆਉਂਦਾ ਆ ਇਹ ਉਹਨਾਂ ਨੂੰ ਐਂ ਸੁਣਦੇ ਵੀ ਅਸੀਂ ਇਹਨਾਂ ਤੋਂ ਪੂਰਾ ਗਿਆਨ ਲੈਣਾ, ਟੀਚਿੰਗ ਹਾਂ ਜੀ ਲੈਣੀ। ਹਾਂ ਜੀ ਤੇ ਜਦੋਂ ਫਿਰ ਉੱਥੋਂ ਸੁਣਦੇ ਹੋ ਕਹਿੰਦੇ ਸ਼ਾਇਦ ਇਹ ਆਖਰੀ ਸੱਚ ਹੀ ਹੋਊਗਾ। ਤੇ ਹੁਣ ਲੋਕ ਵੈਸੇ ਬਹੁਤ ਜਾਗਰੂਕ ਹੋ ਰਹੇ ਆ, ਜਿਹੜੇ ਹਰਿੰਦਰ ਸਿੰਘ ਨੂੰ ਸੁਣਦੇ ਨੇ ਤੁਸੀਂ ਡਰੋ ਨਾ ਘਬਰਾਓ ਨਾ, ਕੌਮ ਤੁਹਾਡੇ ਨਾਲ ਆ, ਤੁਸੀਂ ਅੱਜ ਵੀ ਇਹਦਾ ਸਾਥ ਛੱਡ ਕੇ ਜਿਵੇਂ ਸਰਸੇ ਵਾਲੇ ਦਾ ਸਾਥ ਛੱਡਿਆ ਉਹਦੇ ਲੋਕਾਂ ਹਾਂਜੀ ਨੇ, ਹਾਂਜੀ ਤੇ ਉਹ ਛੱਡ ਕੇ ਕਈ ਅੰਮ੍ਰਿਤਧਾਰੀ ਹੋ ਗਏ, ਹਜੇ ਵੀ ਵੇਲਾ ਆ, ਤੁਸੀਂ ਮੁੜ ਕੇ ਇਧਰਲੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਆ ਜਾਓ, ਵਰਨਾ ਉਹ ਦਿਨ ਦੂਰ ਨਹੀਂ ਆ। ਤੁਹਾਨੂੰ ਕੰਧਾਂ 'ਚ ਸਿਰ ਮਾਰ ਮਾਰ ਕੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਗਰ ਲੱਗੇ ਨੇ ਨਾ, ਹਰਿੰਦਰ ਸਿੰਘ ਯੂਕੇ ਵਾਲੇ ਦੇ ਮਗਰ ਲੱਗੇ ਨੇ, ਇਹ ਗੱਲ ਕਾਗਜ਼ ਪੈਨ ਲੈ ਕੇ ਨੋਟ ਕਰ ਲਓ, ਕੰਧਾਂ 'ਚ ਸਿਰ ਮਾਰ ਮਾਰ ਕੇ ਰਹੋਗੇ ਜੇ ਸ੍ਰੀ ਅਕਾਲ ਤਖਤ ਸਾਹਿਬ ਦਾ ਤੁਸੀਂ ਪੱਲਾ ਨਾ ਫੜਿਆ। ਸਹੀ ਗੱਲ ਹੈ। ਆਪਣੇ ਗੁਰਪ੍ਰੀਤ ਸਿੰਘ ਜੀ ਜਿੱਦਾਂ ਇੱਕ ਬੜੀ ਭੇਚੜ ਕੇ ਲਿਆਉਂਦੇ ਲੋਕਾਂ ਨੂੰ, ਇੱਕ ਇਹਨਾਂ ਨੇ ਜਿੱਦਾਂ ਮਾਰਕੀਟਿੰਗ ਕਰਨ ਦਾ ਬਹੁਤ ਵਧੀਆ ਤਰੀਕਾ ਬਣਾਇਆ ਹੋਇਆ, ਇਹ ਜੀ ਡੇਰਿਆਂ ਵਾਲੇ, ਇਹ ਬਾਬੇ, ਇਹ ਇੱਕ ਇੱਕ ਥੁੱਕ ਖੰਡ ਪਾਠ ਲੜੀਵਾਰ ਕਰਦੇ ਆ, ਉਹਦੀ ਮਾਇਆ ਤੇ ਇਲਜ਼ਾਮ ਲਾਉਂਦੇ ਆ, ਤੁਹਾਡੇ ਤੇ ਤੁਹਾਡੇ ਪਿਤਾ ਜੀ ਤੇ ਵੀ ਲਾਇਆ, ਤੁਹਾਡੀ ਜਿਹੜੀ ਸੰਸਥਾ ਹੈ ਉਹਤੇ ਵੀ ਲਾਇਆ ਇਲਜ਼ਾਮ ਵੀ ਇਹ ਖੰਡ ਪਾਠ 101 ਕਰਦੇ ਆ, 11,000 ਰੁਪਇਆ ਲੈਂਦੇ ਆ, ਤੇ ਇਹਨਾਂ ਦੀਆਂ ਦੁਕਾਨਾਂ ਚੱਲਦੀਆਂ ਤੇ ਦੁਕਾਨਾਂ ਇਹਨਾਂ ਦੀਆਂ ਬੰਦ ਹੋ ਜਾਣੀਆਂ ਤਾਂ ਸਾਡੇ ਤੋਂ ਇਹ ਡਰਦੇ ਆ। ਹਾਂਜੀ ਬਹੁਤ ਵਧੀਆ ਆਪ ਜੀ ਨੇ ਇਹ ਵੀ ਕੁਐਸਚਨ ਪੁੱਟ ਕੀਤਾ, ਕਿਉਂਕਿ ਇਹ ਸਾਡੇ ਦਿਲ ਦਾ ਸਵਾਲ ਸੀ ਵੀ ਜੋ ਇਹਨਾਂ ਨੇ ਸਾਡੇ ਵੱਲ ਉਂਗਲ ਕੀਤੀ ਆ ਉਹਦਾ ਜ਼ਰੂਰ ਅਸੀਂ ਜਵਾਬ ਦਈਏ। ਜਵਾਬ ਸੰਗਤ ਨੇ ਮੇਰੇ ਹਿਸਾਬ ਨਾਲ ਸੋਸ਼ਲ ਮੀਡੀਆ ਪੂਰਾ ਭਰ ਹੀ ਗਿਆ, ਅੱਜ ਵੀ 6 ਨੌਜਵਾਨਾਂ ਨੇ ਜਵਾਬ ਦਿੱਤਾ ਹੈ, ਮੈਂ 15 ਨੂੰ ਰੋਕਿਆ ਹੋਇਆ ਹੋਰ ਵੀ ਵਾਰੀ ਵਾਰੀ ਸਿਰ ਚੱਲੋ ਜਵਾਬ ਦੇਣਾ। ਇਹ ਕਹਿੰਦੇ ਵੀ ਦੁਕਾਨਾਂ ਬੰਦ ਹੋ ਰਹੀਆਂ, ਮੈਂ ਇੱਕ ਬੇਨਤੀ ਕਰਾਂਗਾ, ਮੈਨੂੰ ਹਾਸਾ ਆਉਂਦਾ, ਜੇ ਕਹਿਣਾ ਨਹੀਂ ਚਾਹੁੰਦਾ ਮੈਂ ਸ਼ਬਦ, ਚਲੋ ਫਿਰ ਵੀ ਮੈਂ ਕਹਿ ਦਿੰਦਾ, ਜਿਹੜਾ ਬੰਦਾ ਪੰਜਾਬ 'ਚ ਜਿਹਦਾ ਇੱਕ ਵੀ ਪ੍ਰੋਗਰਾਮ ਨਹੀਂ ਨਾ ਬੁੱਕ ਹੁੰਦਾ ਉਹ ਵੀ ਤੂੜੀ ਨਹੀਂ ਮੰਗਦਾ, ਝੱਟਰੀਆਂ ਵਾਲਾ ਤੂੜੀ ਮੰਗਦਾ। ਤੁਸੀਂ ਆਪ ਸੋਚੋ ਵੀ ਜਿਹਨੂੰ ਆਪਾਂ ਕਹੀਦਾ ਨਾ ਵੀ ਇਹਨੂੰ ਵਿਚਾਰੇ ਨੂੰ ਕੋਈ ਜਾਣਦਾ ਹੀ ਨਹੀਂ, ਉਹ ਵੀ ਤੂੜੀ ਨਹੀਂ ਮੰਗਦਾ, ਉਹ ਵੀ ਟੈਂਕੀ ਵਾਸਤੇ ਪੈਸੇ ਨਹੀਂ ਮੰਗਦਾ। ਇਹ ਲੋਕਾਂ ਦੇ ਕੋਲ ਤੂੜੀ ਤੇ ਟੈਂਕੀ ਵਾਸਤੇ, ਹੁਣ ਤੁਸੀਂ ਆਪ ਸੋਚੋ ਵੀ ਦੁਕਾਨਾਂ ਕਿਹਦੀਆਂ ਬੰਦ ਹੋ ਰਹੀ, ਤੇ ਦੁਕਾਨਾਂ ਬੰਦ ਦੇ ਇਹਨੇ ਕਿਹਾ ਸੀ ਵੀ ਕਹਿੰਦੇ ਵੀ ਗੋ ਬੈਕ ਗੋ ਬੈਕ ਗੋ ਬੈਕ। ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਆ, ਪੁੱਛਣਾ ਚਾਹੁੰਦਾ ਆ ਹਰਿੰਦਰ ਸਿੰਘ ਯੂਕੇ ਵਾਲੇ ਨੂੰ, ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ, ਤੁਹਾਨੂੰ ਸੰਗਤਾਂ ਨੇ ਗੋ ਬੈਕ ਨਹੀਂ ਕਿਹਾ? ਲੜੀਆਂ ਵਾਲੇ ਮੁੱਦੇ ਤੇ ਮੈਂ ਆਵਾਂਗਾ, ਇੰਗਲੈਂਡ ਕਦੀ ਤੁਹਾਡੇ ਸਮਾਗਮ ਸਾਰੇ ਗੁਰਦੁਆਰਿਆਂ ਚ ਹੁੰਦੇ ਸੀ,
ਅੱਜ ਦੱਸੋ ਕਿੰਨੇ ਗੁਰਦੁਆਰਿਆਂ ਚ ਹੁੰਦੇ ਆ? ਤੁਸੀਂ ਵੀ ਭਾਈ ਸਾਹਿਬ ਜੀ ਇੰਗਲੈਂਡ ਰਹਿੰਦੇ ਹੋ, ਕਿੰਨੇ ਕੁ ਗੁਰਦੁਆਰਿਆਂ ਚ ਸਮਾਗਮ ਹੁੰਦੇ? ਲਾਸਟ ਟਾਈਮ ਕਦੋਂ ਆਇਆ ਸੀ? ਹਾਂਜੀ ਤੇ ਅਮੈਰੀਕਾ ਕਿੰਨੇ ਕੁ ਸਮਾਗਮ ਹੁੰਦੇ? ਕੈਨੇਡਾ ਤੁਸੀਂ ਗਏ, ਤੁਹਾਡਾ ਵਿਰੋਧ ਹੋਇਆ, ਗੋ ਬੈਕ ਤੇ ਸੰਗਤਾਂ ਨੂੰ ਤੁਹਾਨੂੰ ਕਹਿ ਦਿੱਤਾ ਕਿਸੇ ਗੁਰੂ ਘਰ ਦੇ ਵਿੱਚ ਕੋਈ ਬੰਦਾ ਤੁਹਾਡਾ ਪ੍ਰੋਗਰਾਮ ਲੈਣ ਨੂੰ ਤਿਆਰ ਨਹੀਂ ਹੈ, ਵੀ ਸਿਕਿਉਰਿਟੀ ਲਾਣੀ ਪੈਣੀ ਅਤੇ ਛਿੱਤਰੋ ਛਿੱਤਰੀ ਹੋ ਜਾਣਾ ਕੰਮ। ਤੇ ਹਾਂਜੀ ਦੂਸਰੀ ਗੱਲ ਹੁਣ ਲੜੀਆਂ ਦੀ ਆ ਗਈ ਹੈ, ਅਖੰਡ ਸਾਹਿਬ ਜੀ ਦੀ ਬਾਣੀ ਦੀ ਆ ਗਈ ਹੈ, ਲੜੀਆਂ ਦੇ ਉੱਤੇ ਜੇ ਤੁਸੀਂ ਕਹਿੰਦੇ ਹੋ ਵੀ 11,000 ਲੈ ਲੈਂਦੇ ਨੇ ਤੇ 3,000 ਪਾਠੀਆਂ ਨੂੰ ਦਿੰਦੇ ਨੇ, ਪਹਿਲੇ ਤਾਂ ਕਹਿੰਦਾ 11 ਚੋਂ 3 ਗਏ, ਕਹਿੰਦਾ 9। ਪਹਿਲੀ ਗੱਲ ਤੇ ਇਹ 8ਵੀਂ ਫੇਲ ਪ੍ਰਚਾਰਕ ਹੈ ਬਾਬਾ ਜੀ, ਇਹਨੂੰ ਇਹ ਨਹੀਂ ਪਤਾ ਵੀ 11 ਚੋਂ 3 ਗਈ 9 ਹੁੰਦੇ ਕਿ 8 ਹੁੰਦੇ। ਤੇ ਦੂਸਰੀ ਹਾਂ ਗੱਲ ਇਹ ਆ, ਅੱਜ ਦੇ ਯੁੱਗ ਦੇ ਵਿੱਚ 3,000 ਵਾਲੇ ਕਿਹੜੇ ਪਾਠੀ ਸਿੰਘ ਮਿਲਦੇ? ਠੀਕ ਹੈ ਜੀ। ਤੇ ਤੀਸਰੀ ਬੇਨਤੀ ਇਹ ਆ ਵੀ ਲੜੀਆਂ ਤੇ ਅੱਜ ਵੀ ਤੁਸੀਂ ਚੱਲ ਜਾਓ ਨਾਨਕਸਰ ਸਾਹਿਬ, ਉੱਥੇ ਅੱਜ ਵੀ ਚੱਲਦੀਆਂ। ਰਾੜਾ ਸਾਹਿਬ ਹੁਣ 555 ਅਖੰਡਪਾਠ ਸਾਹਿਬ ਹੋ ਕੇ ਹਟੇ ਆ, ਉਹ ਨਹੀਂ ਬੰਦ ਹੋਏ। ਦਮਦਮੀ ਟਕਸਾਲ ਚੱਲ ਜਾਓ, ਉੱਥੇ ਅਖੰਡਪਾਠ ਸਾਹਿਬ ਦੇ ਜਾਪ ਚੱਲਦੇ ਪਏ ਆ। ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਵਾਰੀ ਨਹੀਂ ਆਉਂਦੀ ਅਖੰਡਪਾਠ ਸਾਹਿਬ ਦੀ। ਲੜੀਆਂ ਤੇ ਪਟਨਾ ਸਾਹਿਬ ਚੱਲਦੀਆਂ ਪਈਆਂ। ਦਾਸ ਹਜੂਰ ਸਾਹਿਬ ਤੋਂ ਆ ਬਾਣਾ ਪਾਇਆ, ਮੈਨੂੰ ਪੱਗ ਉੱਥੋਂ ਮਿਲੀ ਆ। ਹਜੂਰ ਸਾਹਿਬ ਦੇ ਵਿੱਚ ਤੁਸੀਂ ਜਾਓ, ਤੁਹਾਨੂੰ ਅਖੰਡਪਾਠ ਸਾਹਿਬ ਦੀ ਵਾਰੀ ਨਹੀਂ ਆਉਣੀ। ਤੇ ਬੰਦ ਕੀ ਹੋਇਆ ਮੈਨੂੰ ਇਹ ਨਹੀਂ ਸਮਝ ਆ ਰਿਹਾ। ਠੀਕ, ਮਤਲਬ ਇਹ ਜਿਹੜਾ ਪ੍ਰਚਾਰ ਆ ਇੱਕ ਮਾਰਕੀਟਿੰਗ ਕਰਨ ਦਾ ਉਹਨਾਂ ਨੇ ਜ਼ਰੀਆ ਲੱਭਿਆ ਹੋਇਆ। ਤੇ ਇੱਕ ਮੈਂ ਬੇਨਤੀ ਹੋਰ ਮੈਂ ਕਰਾਂਗਾ ਆਪ ਜੀ ਦਾ, ਆਪ ਜੀ ਦੇ ਚਰਨਾਂ ਚ ਬੇਨਤੀ ਕਰਾਂਗਾ ਵੀ ਸੰਗਤ ਇਹ ਬੇਨਤੀ ਜ਼ਰੂਰ ਸੁਣੇ। ਸੰਤ ਬਾਬਾ ਸਰੂਪ ਸਿੰਘ ਜੀਆਂ ਦੇ ਉੱਤੇ ਉਂਗਲ ਕੀਤੀ ਹੈ ਇਹਨੇ, ਤੁਸੀਂ ਇੰਟਰਨੈਟ ਗੂਗਲ ਦੇ ਉੱਤੇ ਜਾ ਕੇ ਸਰਚ ਕਰਿਓ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਦਰਬਾਰ, ਉਰਦਨੋਨੇ ਪਸਿਆਨੋ ਇਟਲੀ ਵਿੱਚ ਬਣਿਆ। ਜੇ ਅਖੰਡਪਾਠ ਸਾਹਿਬ ਦੀ ਲੜੀਆਂ ਦੀ ਗੱਲ ਕਰਦੇ ਵੀ ਲੜੀਆਂ ਚੋਂ ਪੈਸੇ ਇਕੱਠੇ ਕਰ ਲਏ, 2003 ਦੇ ਵਿੱਚ ਸੰਤ ਬਾਬਾ ਸਰੂਪ ਸਿੰਘ ਜੀ ਇਟਲੀ ਆਏ ਤੇ 1 ਮਿਲੀਅਨ ਯੂਰੋ, 1 ਮਿਲੀਅਨ ਤੇ ਇਹਨੂੰ ਇਹਨੂੰ ਪੁੱਛਿਓ ਵੀ 1 ਮਿਲੀਅਨ ਕਿੰਨਾ ਹੁੰਦਾ ਹੈ, 1 ਮਿਲੀਅਨ ਯੂਰੋ ਇਕੱਠਾ ਕਰਕੇ ਤੇ ਉੱਥੇ ਗੁਰਦੁਆਰਾ ਸਾਹਿਬ ਬਣਾ ਕੇ, ਉਰਦਨੋਨੇ ਇਟਲੀ ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਕੇ ਤੇ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਈ, ਆਪਣੇ ਨਾਂ ਨਹੀਂ ਕਰਾਈ, 1 ਰੁਪਈਆ ਵੀ ਆਪਣੇ ਨਾਲ ਇੰਡੀਆ ਨਹੀਂ ਲੈ ਕੇ ਗਏ। 36,000 ਯੂਰੋ ਦੂਸਰਾ ਗੁਰਦੁਆਰਾ ਬ੍ਰੇਸ਼ੀਆ ਬਣਿਆ ਇਟਲੀ ਦੇ ਵਿੱਚ, 36,000 ਨੂੰ ਕਨਵਰਟ ਕਰਿਓ 80 ਦੇ ਨਾਲ ਤੇ ਕਿੰਨੇ ਬਣ ਗਏ। ਫਿਰ ਤੀਸਰੀ ਬੇਨਤੀ, ਸੰ ਜਵਾਨੀ ਦੇ ਵਿੱਚ 1 ਲੱਖ ਯੂਰੋ ਬਾਬਾ ਜੀ ਨੇ ਉੱਥੇ ਸੇਵਾ ਕੀਤੀ ਹੈ, ਅੱਜ ਵੀ ਆ ਕੇ ਦੇਖ ਲਓ ਪ੍ਰਚਾਰਕਾਂ ਨੂੰ ਜੇ ਕਿਤੇ ਥਾਂ ਨਾ ਮਿਲੇ ਤੇ ਉਹ ਸੰਜਵਾਨੀ ਜਾ ਕੇ ਰਹਿੰਦੇ ਇਟਲੀ ਦੇ ਵਿੱਚ। ਬਣਾਇਆ ਕਿੰਨੇ? ਸੰਤ ਬਾਬਾ ਸਰੂਪ ਸਿੰਘ ਜੀ ਨੇ ਬਣਾਇਆ। ਠੀਕ ਹੈ, ਜੇ ਪੈਸੇ ਹੀ ਇਕੱਠੇ ਕਰਨੇ ਹੁੰਦੇ ਤਾਂ ਲੜੀਆਂ ਤੋਂ ਪਹਿਲੇ ਗੁਰਦੁਆਰਿਆਂ ਚ ਬਥੇਰੇ ਹੋ ਜਾਣੇ ਸੀ। ਠੀਕ, ਮਤਲਬ ਇੱਕ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਜਿੱਦਾਂ ਪਹਿਲਾਂ ਭਰਮਾਉਂਦੇ ਆ, ਲੋਕਾਂ ਨੂੰ ਤੁਹਾਡੇ ਖਿਲਾਫ਼ ਕਰਦੇ ਆ, ਬਾਬੇ ਬਾਬੇ ਕਰਕੇ ਰੌਲਾ ਪਾ ਕੇ, ਮਤਲਬ ਉਹਨਾਂ ਨੂੰ ਉਹਨਾਂ ਦਾ ਮਾਇੰਡ ਏਦਾਂ ਸੈੱਟ ਕਰ ਦਿੰਦੇ ਆ ਵੀ ਬਾਬੇ ਖਰਿਆ ਸਾਰੇ ਗਲਤ ਹੀ ਆ। ਹਾਂਜੀ ਹਾਂਜੀ, ਉਹ ਇਹਨੇ ਮਤਲਬ ਇੱਕ ਅੱਖਰ ਕੱਢਿਆ ਸੀ ਪੁਜਾਰੀ, ਇਹ ਪੁਜਾਰੀ। ਤੇ ਉਹ ਅੱਜ ਮੈਂ ਆਪਣਾ ਸੰਗਤ ਨੂੰ ਵੀ ਭੇਜਿਆ ਕਿ ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਠੀਕ ਹੈ ਜੀ, ਜਿਹੜਾ ਠਾਕੁਰ ਦਾ ਸੇਵਕ ਉਹ ਤੇ ਪੁਜਾਰੀ ਹੈ, ਅਸੀਂ ਤੇ ਪ੍ਰਾਊਡ ਟੂ ਵੀ ਪੁਜਾਰੀ ਹਾਂ, ਅਸੀਂ ਤੇ ਗੁਰੂ ਦੇ ਸੇਵਕ ਹਾਂ, ਅਸੀਂ ਗੁਰੂ ਨਾਨਕ ਘਰ ਦੇ ਕੁੱਕੜ ਹਾਂ। ਠੀਕ, ਤੇ ਗੁਰਪ੍ਰੀਤ ਸਿੰਘ ਜੀ, ਚਲੋ ਆਪਾਂ ਪ੍ਰੋਗਰਾਮ ਦੇ ਆਖਿਰ ਵੱਲ ਨੂੰ ਵੱਧਦੇ ਹਾਂ। ਜਿਹੜਾ ਇਹ ਗੱਲਾਂ ਕੀਤੀਆਂ ਜਿੱਦਾਂ ਹੁਣ ਅਕਾਲ ਤਖ਼ਤ ਨੇ ਵੀ ਇਹਦੇ ਚ
ਦਖਲਅੰਦਾਜ਼ੀ ਕੀਤੀ ਆ ਉਹਨਾਂ ਨੇ, ਸ਼ਾਇਦ ਜਿਹੜੀਆਂ ਇੱਥੋਂ ਦੀਆਂ ਇੰਗਲੈਂਡ ਦੀਆਂ ਜਥੇਬੰਦੀਆਂ, ਇਹਨਾਂ ਨੇ ਵੀ ਦਿਨ ਸ਼ਨਿਚਰਵਾਰ ਨੂੰ 1 ਵਜੇ ਸਾਰੇ ਇੰਗਲੈਂਡ ਦੇ ਗੁਰਦੁਆਰਿਆਂ ਦੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋ ਰਹੀ ਆ, ਤੇ ਸੰਗਤਾਂ ਦੇ ਵਿੱਚ ਕਾਫੀ ਰੋਹ, ਹੋ ਸਕਦਾ ਹੈ ਇਹਦੇ ਤੇ ਸਖ਼ਤ ਐਕਸ਼ਨ ਵੀ ਲਿਆ ਜਾਵੇ। ਫਿਰ ਵੀ ਤੁਸੀਂ ਇੱਕ ਪ੍ਰਚਾਰ ਕਿਆ ਕੀ ਸੁਝਾਅ ਦੇਣਾ ਚਾਹੁੰਦੇ? ਮੈਂ ਸਾਰੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਆ ਵੀ ਕਦੀ ਸਾਨੂੰ ਟੈਂਕਾਂ, ਤੋਪਾਂ, ਬੰਬਾਂ ਦੇ ਨਾਲ ਮਾਰਿਆ ਗਿਆ, ਕੌਮ ਨਹੀਂ ਮੁੱਕੀ, ਹੁਣ ਇਹ ਜੜਾਂ 'ਚ ਤੇਲ ਦੇਣ ਦਾ ਕੰਮ ਜਿਹੜਾ ਇਹ ਕਰਦੇ ਪਏ, ਹੋਣਾ ਫਿਰ ਵੀ ਕੁਛ ਨਹੀਂ ਆ ਕਿਉਂਕਿ ਇਹਦੇ ਵਿੱਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀਆਂ ਦਾ ਖੂਨ ਪਿਆ। ਇਹ ਕੌਮ ਸਦਾ ਚੜ੍ਹਦੀ ਕਲਾ 'ਚ ਰਹਿਣੀ, ਤੁਸੀਂ ਵੀ ਵਿਦੇਸ਼ਾਂ 'ਚ ਰਹਿੰਦੇ ਹੋ, ਨਗਰ ਕੀਰਤਨਾਂ 'ਚ ਕਿੰਨੀ ਸੰਗਤ ਜਾਂਦੀ ਹੈ, ਸਾਰੇ ਪਾਸੇ ਇਹ ਕੰਮ ਘੱਟ ਨਹੀਂ ਰਿਹਾ, ਵੱਧ ਹੀ ਰਿਹਾ। ਪਰ ਫਿਰ ਵੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਵੀ ਆਪ ਜੀ ਬਹੁਤ ਸਾਰੇ ਸੂਝਵਾਨ ਹੋ, ਦੇਸ਼ਾਂ ਵਿਦੇਸ਼ਾਂ ਚ ਰਹਿਣ ਵਾਲੇ ਕਿੰਨੇ ਪ੍ਰਚਾਰਕ ਨੇ, ਗਿਆਨੀ ਪਿੰਦਰਪਾਲ ਸਿੰਘ ਜੀ ਨੂੰ ਸੁਣੋ, ਹਾਂਜੀ, ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ, ਗਿਆਨੀ ਹਰਨਾਮ ਸਿੰਘ ਜੀ, ਸੰਤ ਗਿਆਨੀ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ, ਉਹਨਾਂ ਦੀ ਕਥਾ ਸੁਣ ਲਓ, ਬਾਬਾ ਬੰਤਾ ਸਿੰਘ ਜੀ ਆ, ਗਿਆਨੀ ਜੀਵਾ ਸਿੰਘ ਆ, ਕਿੰਨੇ ਕਥਾ ਵਾਚਕ ਆ। ਤੁਸੀਂ ਇੱਕ ਨੂੰ ਸੁਣੋ, ਜਦੋਂ ਇੱਕ ਨੂੰ ਸੁਣਦੇ ਹੋ ਆਪਣਾ ਫੈਸਲਾ ਇੱਕ ਨੂੰ ਸੁਣ ਕੇ ਨਾ ਬਣਾਓ, ਬਾਕੀਆਂ ਨੂੰ ਵੀ ਸੁਣੋ। ਜਦੋਂ ਤੁਸੀਂ ਠੀਕ ਕੋਈ ਚੀਜ਼ ਲੈਂਦੇ ਹੋ ਸਾਰਿਆਂ ਦੀ ਸਲਾਹ ਲੈਂਦੇ ਕਿ ਇੱਕ ਬੰਦੇ ਦੀ ਸਲਾਹ ਦੇ ਉੱਤੇ ਫੈਸਲਾ ਲੈ ਲੈਂਦੇ, ਤੁਸੀਂ ਇੱਕ ਨੂੰ ਨਾ ਸੁਣੋ। ਜਦੋਂ ਇਹ ਕਹਿੰਦੇ ਨਾ ਵੀ ਇਹ ਆਖਰੀ ਸੱਚ ਹੈ, ਤੁਸੀਂ ਗਿਆਨੀ ਪਿੰਦਰਪਾਲ ਸਿੰਘ ਨੂੰ ਸੁਣੋ, ਗਿਆਨੀ ਜਸਵੰਤ ਸਿੰਘ ਨੂੰ ਸੁਣੋ, ਇਸੇ ਤਰੀਕੇ ਨਾਲ ਬਾਬਾ ਬੰਤਾ ਸਿੰਘ ਨੂੰ ਸੁਣੋ, ਗਿਆਨੀ ਹਰਨਾਮ, ਬਾਕੀਆਂ ਨੂੰ ਸੁਣੋ ਵੀ ਬਾਕੀ ਵੀ ਇਹੀ ਗੱਲ ਕਹਿੰਦੇ ਆ, ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀ ਹੈ। ਹੋਰ ਪ੍ਰਚਾਰ ਕਿਆ, ਹਾਂਜੀ ਸਾਰਿਆਂ ਨੂੰ ਸੁਣਨਾ ਚਾਹੀਦਾ, ਸਾਰਿਆਂ ਨੂੰ ਸੁਣਨਾ ਚਾਹੀਦਾ। ਬਾਕੀ ਇਹਨੇ ਜਿਹੜਾ ਕਿਹਾ ਸੀ ਵੀ 5 ਵਿਦਵਾਨਾਂ ਦੇ ਨਾਮ ਨਸ਼ਰ ਕਰੋ ਤੇ ਮੈਂ ਤਾਂ ਪੇਸ਼ ਹੋਵਾਂਗਾ, ਹੁਣੇ ਚੱਲਿਆ ਆ ਅਮਰੀਕਾ, ਇਹਨੇ ਕੋਈ ਪੇਸ਼ ਨਹੀਂ ਆਉਣਾ। ਉਂਝ ਕੀਰਤਨ ਵਿੱਚ ਕਹਿੰਦਾ ਆ ਮੈਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ, ਅੱਖ 'ਚ ਅੱਖ ਪਾ ਕੇ ਗੱਲ ਕਰਦਾ ਆ, ਹੁਣ ਵੇਲਾ ਆਇਆ, ਗੋਲਡਨ ਓਪਰਚੁਨਿਟੀ ਆ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ, ਉਹ ਵੀ ਸਿਰਫ 5 ਬੰਦਿਆਂ ਨਾਲ, ਤੇ ਹੁਣ ਮੈਂ ਅਮਰੀਕਾ ਭੱਜ ਚੱਲੇ। ਉਹਨਾਂ ਨਸ਼ਰ ਕਰ ਦਿੱਤੇ ਆ ਜਿਹੜੇ ਹੈਗੇ ਆ ਵਿਦਵਾਨ, ਉਹਨਾਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਆ। ਨਹੀਂ, ਹੁਣ ਗੋਲਡਨ ਓਪਰਚੁਨਿਟੀ ਆ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ, ਕਿਉਂਕਿ ਇਹ ਤਾਂ ਕਹਿੰਦਾ ਮੈਂ ਅੱਖ 'ਚ ਅੱਖ ਪਾ ਕੇ ਗੱਲ ਕਰਦਾ, ਤੇ ਹੁਣ ਗੋਲਡਨ ਓਪਰਚੁਨਿਟੀ ਆ, ਹੁਣ ਭੱਜ ਨਾ, ਹੁਣ ਬੈਠ ਕੇ ਉੱਥੇ ਗੱਲ ਕਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਕੀ ਸ਼ਾਨ ਹੈ। ਇੰਨਾ ਕਹਿੰਦਿਆਂ ਮੈਂ ਆਪਣੇ ਵਿਚਾਰਾਂ ਨੂੰ ਵਿਸ਼ਰਾਮ ਦੇਣਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜੋ ਆਪ ਜੀ ਨੇ ਸੰਗਤਾਂ ਦੇ ਦਰਸ਼ਨ ਕਰਾਏ ਆ, ਤੇ ਮੀਡੀਆ ਦਾ ਬਹੁਤ ਧੰਨਵਾਦ ਹੈ। ਧੰਨਵਾਦ ਜੀ ਗੁਰਪ੍ਰੀਤ ਸਿੰਘ ਜੀ, ਤੁਸੀਂ ਸਮਾਂ ਦਿੱਤਾ, ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।